ਰੋਪੜ 'ਚ ਰਾਜਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਵਾਸੀ ਪਿੰਡ ਢਾਹਾ ਜੋ ਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਤਲ ਆਦਿ ਦੇ ਕੇਸਾਂ ਵਿੱਚ ਪੁਲਿਸ ਨੂੰ ਲੋੜੀਂਦਾ ਹੈ ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਪਹੁੰਚ ਕੇ ਨਿੱਜੀ ਤੌਰ 'ਤੇ ਮੁਲਾਕਾਤ ਕੀਤੀ। ਪਰਿਵਾਰਕ ਮੈਂਬਰਾਂ ਵਿੱਚ ਦਿਲਪ੍ਰੀਤ ਦੀ ਮਾਤਾ ਅਤੇ ਮਾਮੇ ਹਾਜ਼ਰ ਸਨ, ਜਿਨ੍ਹਾਂ ਨੂੰ ਕਿਹਾ ਗਿਆ ਕਿ ਉਹ ਦਿਲਪ੍ਰੀਤ ਦਾ ਆਤਮ ਸਮਰਪਣ ਕਰਾਉਣ ਤਾਂ ਜੋ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕੇ, ਕਿਉਂਕਿ ਦਿਲਪ੍ਰੀਤ ਦੇ ਆਤਮ ਸਮਰਪਣ ਕਰਨ ਨਾਲ ਹੋਰ ਵੀ ਬਹੁਤ ਸਾਰੇ ਗੁੰਮਰਾਹ ਹੋ ਕੇ ਗਲਤ ਰਸਤਿਆਂ 'ਤੇ ਤੁਰੇ ਨੌਜਵਾਨ ਪੁਲਿਸ ਦੇ ਕੋਲ ਆਤਮ ਸਮਰਪਣ ਕਰਨਗੇ। ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਸ ਦੇ ਹਿਸਾਬ ਨਾਲ ਅਸੀਂ ਜਿਹੜੇ ਵੀ ਸਾਡੇ ਗੈਂਗਸਟਰਸ ਸਾਡੇ ਜ਼ਿਲ੍ਹੇ ਦੇ ਸਪੈਸ਼ਲੀ ਜੋ ਇਹ ਕੈਟੇਗਰੀ ਗੈਂਗਸਟਰ ਜਿਵੇਂ ਦਿਲਪ੍ਰੀਤ ਹੈ, ਅਸੀਂ ਉਹਨਾਂ ਨੂੰ ਮੁੱਖ ਧਾਰਾ 'ਚ ਸ਼ਾਮਿਲ ਕਰਨ ਵਾਸਤੇ ਐਫਰਟਸ ਕਰ ਰਹੇ ਹਾਂ। ਉਹਦੇ ਸੰਬੰਧ 'ਚ ਮੈਂ ਉਹਨਾਂ ਦੇ ਘਰ ਗਿਆ, ਉਹਨਾਂ ਦੇ ਜਿਹੜੇ ਮਾਤਾ ਅਤੇ ਬਾਕੀ ਉਹਨਾਂ ਦੇ ਮਾਮੇ, ਉਹਨਾਂ ਦੇ ਬਾਕੀ ਫੈਮਿਲੀ ਮੈਂਬਰਸ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੂੰ ਇਸ ਗੱਲ ਬਾਰੇ ਪ੍ਰੇਰਿਆ ਕਿ ਇਸ ਚੀਜ਼ ਦਾ ਜਿਹੜਾ ਸਿੱਟਾ ਹੈ ਉਹ ਕਦੇ ਵੀ ਪੋਜ਼ਿਟਿਵ ਨਿਕਲ ਨਹੀਂ ਸਕਦਾ ਜਿਹੜੇ ਪਾਸੇ ਉਹ ਚੱਲੇ ਹੋਏ ਨੇ, ਅਤੇ ਤੁਸੀਂ ਆਪਣਾ ਇਨਫਲੂਐਂਸ ਯੂਜ਼ ਕਰਕੇ ਉਹਨਾਂ ਨੂੰ ਆਫਟਰਆਲ ਹੈ ਤਾਂ ਉਹ ਆਪਣੇ ਹੀ ਆਪਣੇ ਸਟੇਟ ਦੇ ਨੌਜਵਾਨ ਨੇ, ਆਪਣੇ ਬੱਚੇ ਨੇ, ਕੋਈ ਬਾਹਰੋਂ ਆਏ ਹੋਏ ਨਹੀਂ ਹੈ, ਇਹਨਾਂ ਨੂੰ ਪ੍ਰੇਰ ਕੇ ਇਹਨਾਂ ਨੂੰ ਸਿੱਧੇ ਰਾਹ 'ਤੇ ਲਿਆਂਦਾ ਜਾ ਸਕਦਾ। ਜੋ ਕਾਨੂੰਨੀ ਤੌਰ 'ਤੇ ਜੋ ਕਾਰਵਾਈ ਜੋ ਹੋਣੀ ਹੈ ਉਹ ਆਪਣਾ ਪੇਸ 'ਤੇ ਉਹ ਚੱਲਦੀ ਰਹੇਗੀ ਅਤੇ ਅਸੀਂ ਇਹਨਾਂ ਨੂੰ ਮੁੱਖ ਧਾਰਾ 'ਚ ਸ਼ਾਮਿਲ ਕਰਨ ਵਾਸਤੇ ਪੂਰੇ ਐਫਰਟਸ ਕਰ ਰਹੇ ਹਾਂ। ਜਿਹੜੀ ਹੈਗੀ ਆ, ਕਿੱਦਾਂ ਦਾ ਤੁਹਾਨੂੰ ਰਿਸਪੌਂਸ ਦਿੱਤਾ ਉਹਨਾਂ ਵੱਲੋਂ? ਮੈਂ ਇਹਨਾਂ ਨੂੰ ਪਹਿਲਾਂ ਵੀ ਮਿਲਿਆ ਸੀ, ਅਰਾਊਂਡ 2-3 ਮਹੀਨੇ ਪਹਿਲਾਂ ਮੈਂ ਇਹਨਾਂ ਦੇ ਘਰ ਗਿਆ ਸੀ। ਹੁਣ ਮੈਂ ਦੂਜੀ ਵਾਰੀ, ਮੇਰੀ ਦੂਜੀ ਵਿਜ਼ਿਟ ਹੈ ਉਹਨਾਂ ਦੇ ਘਰ। ਇਸ ਵਾਰੀ ਮੈਨੂੰ ਉਹਨਾਂ ਦੀ ਜਿਹੜੀ ਰਿਸਪੌਂਸ ਕਾਫੀ ਪੋਜ਼ਿਟਿਵ ਮੈਨੂੰ ਲੱਗਿਆ। ਉਹਨਾਂ ਨੇ ਹਾਂ ਇਸ ਗੱਲ 'ਤੇ ਜ਼ਰੂਰ ਜ਼ਾਹਰ ਕੀਤਾ ਕਿ ਅਸੀਂ ਉਹਨਾਂ ਦੇ ਟੱਚ ਨਹੀਂ ਹੈ, ਪਰ ਉਹ ਆਪਣੇ ਤੌਰ 'ਤੇ ਇਸ ਬਾਰੇ ਪੂਰੀ ਤਰ੍ਹਾਂ ਕਨਵਿੰਸ ਸੀ ਕਿ ਸਾਨੂੰ ਜਿੰਨੇ ਵੀ ਐਫਰਟ ਕਰਕੇ ਇਸ ਨੂੰ ਇਹਨਾਂ ਨੂੰ ਸਿਲੰਡਰ ਵੱਲ ਪ੍ਰੇਰਿਆ ਜਾ ਸਕਦਾ ਹੈ। ਔਰ ਉਹਨਾਂ ਨੇ ਮੇਰੇ ਨਾਲ ਸਾਂਝਾ ਕੀਤਾ ਕਿ ਕਾਫੀ ਪੜ੍ਹਨ ਵਾਲਾ ਮੁੰਡਾ ਸੀ, ਇਹਨੇ ਇੰਜੀਨੀਅਰਿੰਗ ਕਰ ਰਿਹਾ ਸੀ, ਉਹਦੇ 6 ਮਹੀਨੇ ਰਹਿ ਗਏ ਸੀ ਇੰਜੀਨੀਅਰਿੰਗ ਦੇ ਉਹਦਾ ਕੋਰਸ ਖਤਮ ਹੋਣ 'ਤੇ ਜਦੋਂ ਇਹ ਕ੍ਰਾਈਮ ਦੀ ਦੁਨੀਆ ਚਲਾ ਗਿਆ, ਅਤੇ ਉੱਥੋਂ ਇੱਕ ਵਾਰੀ ਭਟਕਿਆ ਅਤੇ ਮੁੜ ਕੇ ਉਹਦੇ ਵਾਪਸ ਕਦਮ ਵਾਪਸ ਆਏ ਨਹੀਂ, ਅਤੇ ਅਸੀਂ ਚਾਹੁੰਦੇ ਹਾਂ ਵੀ ਇਸ ਨੂੰ ਮੁੜ ਕੇ ਮੌਕਾ ਦਿੱਤਾ ਜਾਵੇ, ਅਤੇ ਹਾਲੇ ਵੀ ਕੁਛ ਇੰਨਾ ਨਹੀਂ ਵਿਗੜਿਆ ਕਿ ਉਹਨੂੰ ਸੁਧਾਰਿਆ ਨਹੀਂ ਜਾ ਸਕਦਾ। ਰੋਪੜ ਤੋਂ ਸੱਜਣ ਸੈਣੀ ਦੀ ਰਿਪੋਰਟ, ਪੰਜਾਬ ਟੂਡੇ।